ਕਿਸ ਨੇ ਕਿ ਸੈਮੀਫਾਈਨਲ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ। ਅਨਫੋਰਚੂਨੇਟਲੀ ਧਨੌਰੀ ਦਾ ਜਿਹੜਾ ਰੇਡਰ ਸੀਗਾ ਉਹਦੇ ਸੱਟ ਵੱਜ ਗਈ ਤੇ ਜਿਹੜਾ ਮੁਕਾਬਲਾ ਪੂਰਾ ਸਖਤ ਹੋਣ ਦੀ ਆਸ ਸੀ ਉਹ ਸਖਤ ਹੋਇਆ ਨਹੀਂ ਤੇ ਹੁਣ ਮੇਰੇ ਨਾਲ ਨੇ ਮਨਾਣੇ ਦੀ ਟੀਮ ਦੇ ਸਟਾਰ ਜਾਫੀ ਦੇ ਸਟਾਰ ਰੇਡਰ ਜਿਹਨੂੰ ਤੁਸੀਂ ਸਾਰੇ ਜਾਣਦੇ ਹੋ ਸਪਿੰਦਰ ਮਨਾਣਾ ਤੇ ਦਲਵੀਰ ਮਨਾਣੇ ਵਾਲਾ। ਸਪਿੰਦਰ ਫਾਈਨਲ ਮੈਚ ਦੇ ਵਿੱਚ ਤੁਹਾਡਾ ਮੁਕਾਬਲਾ ਤੁਹਾਨੂੰ ਕੀ ਲੱਗ ਰਿਹਾ ਦਿੜਵੇ ਦੇ ਕਕਰਾਲੀ ਦੀ ਕਿਹੜੀ ਟੀਮ ਜੇਤੂ ਨਾਲ ਹੋਊਗਾ? ਦੇਖੋ ਜੀ ਕੁਛ ਨਹੀਂ ਕਹਿ ਸਕਦਾ ਜੀ, ਦੋਨੇ ਟੀਮਾਂ ਵਧੀਆ ਜੀ, ਬਾਕੀ ਮੌਕੇ ਦੀ ਹੈ ਜੀ। ਕਬੱਡੀ ਦਾ ਜਿਹੜਾ ਮੌਕੇ ਤੇ ਵਧੀਆ ਜ਼ੋਰ ਮਾਰ ਗਿਆ ਜੀ ਉਹ ਟੀਮ ਫਾਈਨਲ 'ਚ ਪਹੁੰਚ ਜੂਗੀ ਜੀ। ਤੁਸੀਂ ਕਿਹੜੀ ਟੀਮ ਨਾਲ ਫਾਈਨਲ ਮੈਚ ਖੇਡਣਾ ਪਸੰਦ ਕਰੋਗੇ? ਭਾਈ ਹੁਣ ਰੱਬ ਬਾਕੀ ਕਿਸਮਤ ਹੈ ਜੀ ਪਰਮਾਤਮਾ ਕੀ, ਦੋਵਾਂ ਦੇ ਖਬਰੇ ਕਿਹੜੀ ਜਿੱਤ ਸਕਦੀ। ਪਰ ਤੁਸੀਂ ਕਿਹੜੀ ਟੀਮ ਨਾਲ ਚਾਹੋਗੇ ਵੀ ਸਾਡਾ ਮੈਚ ਹੋਵੇ? ਜਿਹੜੀ ਮਰਜ਼ੀ ਜਿੱਤ ਜਾਵੇ ਜੀ ਅਸੀਂ ਤਾਂ ਉਸੇ ਨਾਲ ਚਾਹੋਗੇ ਜੀ। ਹਾਂਜੀ, ਜਿਹੜਾ ਮੈਚ ਤੁਹਾਡਾ ਫਾਈਨਲ ਹੋਣਾ ਹੈ ਤਾਂ ਉਹਦੇ ਵਿੱਚ ਤੁਸੀਂ ਕਿੰਨੇ ਰੇਡਰ ਜਾਂ ਰੇਡਾ ਪਾਓਗੇ? ਹੁਣ ਵਾਂਗੂ ਤਿੰਨ ਦੋ ਪਾਉਂਗੇ ਭਾਈ, ਤਿੰਨੇ ਰੇਟਰ ਪਾਉਂਗੇ ਜੀ, ਬਾਕੀ ਮੌਕੇ ਦੇ ਆਧਾਰ ਦੇਖਿਆ ਜਾਊਗਾ ਬਈ ਕਿੰਨੇ ਦੋ ਪਾਈਏ ਜਾਂ ਤਿੰਨੇ, ਪਹਿਲਾਂ ਤਿੰਨੇ ਪਾਵਾਂਗੇ। ਇਹ ਸੀਗੇ ਦਲਵੀਰ ਮਨਾਣਾ ਤੇ ਸਪਿੰਦਰ ਮਨਾਣਾ ਜਿਹੜੇ ਕਿ ਆਪਣੇ ਫਾਈਨਲ ਮੈਚ ਲਈ ਤਿਆਰੀਆਂ ਕਰ ਰਹੇ ਨੇ, ਵਿਉਂਤਬੰਦੀਆਂ ਕਰ ਰਹੇ ਨੇ। ਓਵਰ ਟੂ ਗਰਾਊਂਡ, ਗੁੱਡ ਲੱਕ।